ਆਪਣੇ ਪਿੰਡ ਚੱਕ ਖੁਰਦ ਵਿਖੇ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਏ ਜਾ ਰਹੇ ਹਰ ਸਾਲ ਦੀ ਤਰ੍ਹਾਂ ਬੜੇ ਹੀ ਵਧੀਆ ਕਬੱਡੀ ਦੇ ਟੂਰਨਾਮੈਂਟ ਉੱਪਰ ਆਏ ਹੋਏ ਸਾਰੇ ਹੀ ਇਲਾਕੇ ਦੇ ਪਤਵੰਤੇ ਸੱਜਣੋ ਸਾਰੇ ਐਨ ਆਰ ਆਈ ਵੀਰ ਜਿਨ੍ਹਾਂ ਦੀ ਬਦੌਲਤ ਤੇ ਟੂਰਨਾਮੈਂਟ ਹੁੰਦੇ ਨੇ ਸਾਰੇ ਹਾਜ਼ਰੀ ਭਰ ਰਹੇ ਬਜ਼ੁਰਗੋ ਵੀਰੋ ਤੇ ਬਹੁਤ ਹੀ ਸਤਿਕਾਰਯੋਗ ਕਬੱਡੀ ਦੇ ਖਿਡਾਰੀਓ ਪਹਿਲਾਂ ਤਾਂ ਸਰ ਨਿਰਮਲ ਸਿੰਘ ਜੀ ਸਰਪੰਚ ਸਾਹਿਬ ਇਹਨਾਂ ਦੀ ਸਾਰੀ ਟੀਮ ਕਲੱਬ ਦੇ ਪ੍ਰਧਾਨ ਸਾਹਿਬ ਸਾਰੇ ਕਲੱਬ ਦੇ ਅਹੁਦੇਦਾਰ ਸਾਹਿਬਾਨ ਸਭ ਨੂੰ ਆਪਾਂ ਸੰਗਤ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਰਕੇ ਬੜੀ ਚੰਗੀ ਗੱਲ ਹੈ ਆਪਣੇ ਪਿੰਡਾਂ ਦੇ ਮੁੰਡੇ ਕਬੱਡੀ ਖੇਡਦੇ ਨੇ ਇੱਥੇ ਏਦਾਂ ਦੇ ਟੂਰਨਾਮੈਂਟਾਂ ਉੱਪਰ ਤੇ ਪਿੰਡਾਂ ਦਾ ਮਾਹੌਲ ਬਹੁਤ ਵਧੀਆ ਇਹਨਾਂ ਖੇਡਾਂ ਦੇ ਨਾਲ ਬਣਦਾ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਬੜਾ ਉਤਸ਼ਾਹ ਮਿਲਦਾ ਹੈ ਕਬੱਡੀ ਖੇਡਣ ਦਾ ਆਪਣੀ ਸਿਹਤ ਨੂੰ ਸੰਭਾਲਣ ਦਾ ਤੇ ਬਹੁਤ ਚੰਗਾ ਉਦਮ ਹੈ ਇਹ ਐਨ ਆਰ ਆਈ ਆਪਣੇ ਬਾਹਰੋਂ ਆ ਕੇ ਕਰੋੜਾਂ ਰੁਪਈਆ ਲਾਉਂਦੇ ਨੇ ਇੱਥੇ ਆ ਕੇ ਕਬੱਡੀ ਨੂੰ ਪ੍ਰਮੋਟ ਕਰਨ ਵਾਸਤੇ ਇਹਨਾਂ ਆਪਣੇ ਪਲੇਅਰਾਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਅੱਜ ਕਬੱਡੀ ਦੁਨੀਆਂ ਦੇ ਮੁਲਕਾਂ ਵਿੱਚ ਖੇਡੀ ਜਾਂਦੀ ਹੈ ਗੋਰੇ ਵੀ ਖੇਡਦੇ ਨੇ ਕਾਲੇ ਵੀ ਖੇਡਦੇ ਨੇ ਬਾਹਰਲੇ ਮੁਲਕ ਵੀ ਕਬੱਡੀ ਦੀਆਂ ਟੀਮਾਂ ਲਿਆ ਕੇ ਇੱਥੇ ਜਿਹੜਾ ਵਰਲਡ ਕੱਪ ਕਬੱਡੀ ਦਾ ਪੰਜਾਬ ਦੀ ਧਰਤੀ ਤੇ ਹੁੰਦਾ ਉਹਦੇ ਵਿੱਚ ਆ ਕੇ ਹਿੱਸਾ ਲੈਂਦੇ ਨੇ ਪੰਜਾਬ ਸਰਕਾਰ ਦਾ ਬੜਾ ਵੱਡਾ ਯੋਗਦਾਨ ਰਿਹਾ ਆਪਾਂ ਪੰਜ ਵਰਲਡ ਕੱਪ ਕਬੱਡੀ ਦੇ ਦੇਖੇ ਤੇ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਨੇ ਉਹਨਾਂ ਦਾ ਜਿਹੜਾ ਨਜ਼ਾਰਾ ਲਿਆ ਕਬੱਡੀ ਆਪਣੀ ਮਾਂ ਖੇਡ ਹੈ ਪੰਜਾਬ ਦੀ ਇੱਕ ਨਾ ਇੱਕ ਦਿਨ ਜ਼ਰੂਰ ਇਹ ਮੁੰਡੇ ਆਪਣੇ ਓਲੰਪਿਕਸ ਖੇਡਿਆ ਕਰਨਗੇ ਜਾ ਕੇ ਜਾਂ ਜਿੰਨਾ ਵੀ ਕੋਈ ਇੰਟਰਨੈਸ਼ਨਲ ਲੈਵਲ ਦੇ ਮੰਚ ਨੇ ਚਾਹੇ ਏਸ਼ੀਅਨ ਖੇਡਾਂ ਹੋਣ ਜਾਂ ਕਾਮਨਵੈਲਥ ਗੇਮਸ ਹੋਣ ਉਹਨਾਂ ਵਿੱਚ ਵੀ ਕਬੱਡੀ ਖੇਡੀ ਜਾਊਗੀ ਤਾਂ ਕਿ ਪੰਜਾਬ ਦੇ ਮੁੰਡੇ ਆਪਣੇ ਦੇਸ਼ ਦਾ ਤੇ ਆਪਣੇ ਸੂਬੇ ਦਾ ਆਪਣੇ ਪਿੰਡਾਂ ਦਾ ਜਿਹੜਾ ਨਾਮ ਆ ਹੋਰ ਵੀ ਉੱਚਾ ਤੇ ਹੋਰ ਰੋਸ਼ਨ ਕਰ ਸਕਣ ਅੱਜ ਲੋੜ ਹੈ ਕਿ ਕਬੱਡੀ ਨੂੰ ਆਪਾਂ ਹਰ ਪਿੰਡ ਵਿੱਚ ਪ੍ਰਮੋਟ ਕਰੀਏ ਤਾਂ ਕਿ ਜਿਹੜੇ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਤੋਂ ਜਾਂ ਮਾੜੇ ਕੰਮਾਂ ਤੋਂ ਬਚ ਸਕੇ ਇਹਨਾਂ ਤੋਂ ਦੂਰ ਰਹਿ ਸਕੇ ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਚੱਕ ਖੁਰਦ ਦੇ ਸਾਰੇ ਹੀ ਨਗਰ ਨਿਵਾਸੀਆਂ ਨੇ ਸਾਰੇ ਐਨ ਆਰ ਆਈਜ਼ ਨੇ ਤੇ ਖੇਡਾਂ ਦੇ ਪ੍ਰੇਮੀਆਂ ਨੇ ਇਹ ਜਿਹੜਾ ਟੂਰਨਾਮੈਂਟ ਕਰਾਇਆ ਇਸ ਗੱਲ ਲਈ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਖਾਸ ਤੌਰ ਤੇ ਐਨ ਆਰ ਆਈ ਜਿਹੜੇ ਕਰੋੜਾਂ ਰੁਪਈਆ ਲਾਉਂਦੇ ਨੇ ਅੱਜ ਕੈਨੇਡਾ ਵਿੱਚ ਕੱਪ ਹੁੰਦਾ ਹੈ ਅਮਰੀਕਾ ਵਿੱਚ ਕੱਪ ਹੁੰਦਾ ਹੈ ਯੂਰਪ ਵਿੱਚ ਇੰਗਲੈਂਡ ਵਿੱਚ ਥਾਂ ਥਾਂ ਤੇ ਕੱਪ ਹੁੰਦੇ ਨੇ ਕਬੱਡੀ ਦੇ ਤੇ ਆਪਣੇ ਮੁੰਡੇ ਜਾ ਕੇ ਉੱਥੇ ਖੇਡਦੇ ਨੇ ਲੱਖਾਂ ਰੁਪਈਆ ਲੈ ਕੇ ਆਉਂਦੇ ਨੇ ਇਹਦੇ ਨਾਲ ਹੀ ਕਬੱਡੀ ਜਿਹੜੀ ਕਰੋੜਾਂ ਦੀ ਹੋ ਗਈ ਹੈ ਇਸ ਗੱਲ ਦੀ ਆਪਾਂ ਨੂੰ ਬਹੁਤ ਖੁਸ਼ੀ ਹੈ ਮੈਂ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਯੋਗਦਾਨ ਆਪਣਾ ਸਰਕਾਰ ਦਾ ਬਣਦਾ ਪਿੰਡ ਦੇ ਵਿਕਾਸ ਵਾਸਤੇ ਪਿੰਡ ਦੇ ਆਪਣੇ ਭਲੇ ਵਾਸਤੇ ਉਹ ਵੀ ਅੱਜ ਐਲਾਨ ਕਰਕੇ ਜਾਵਾਂਗੇ ਤੇ ਆਪਣੇ ਨਗਰ ਨੂੰ ਤਕਰੀਬਨ 14 ਲੱਖ ਰੁਪਈਆ ਦਿੰਦੇ ਹਾਂ ਜਿਹੜਾ ਕਿ ਸਪੋਰਟਸ ਕਲੱਬ ਲਈ ਧਰਮਸ਼ਾਲਾ ਲਈ ਗਲੀਆਂ ਨਾਲੀਆਂ ਲਈ ਸੀਵਰੇਜ ਲਈ ਜਾਂ ਆਪਣੇ ਸਕੂਲ ਵਾਸਤੇ ਐਜੂਕੇਸ਼ਨ ਫੰਡ ਚੋਂ ਉਹ ਸਿੱਧੇ ਪੈਸੇ ਆ ਜਾਣੇ ਆ ਫਿਕਰ ਨਾ ਕਰੋ ਤੁਹਾਨੂੰ ਚਾਹੇ ਬਾਥਰੂਮ ਆ ਜਾਂ ਆਪਣੇ ਸਕੂਲ ਵਿੱਚ ਆਪਾਂ ਨੂੰ ਸ਼ੈੱਡ ਚਾਹੀਦੀ ਆ ਉਹਦੇ ਲਈ ਸਿੱਧੇ ਤੌਰ ਤੇ ਜਿਹੜਾ ਐਜੂਕੇਸ਼ਨ ਫੰਡ ਚੋਂ ਪੈਸੇ ਆਉਣਗੇ ਪਰ ਪਿੰਡ ਦੇ ਵਿਕਾਸ ਲਈ ਸਰਕਾਰ ਵੱਲੋਂ 14 ਲੱਖ ਰੁਪਈਆ ਦੇ ਕੇ ਜਾਵਾਂਗੇ ਤਾਂ ਕਿ ਆਪਾਂ ਉਹ ਪਿੰਡ ਦੇ ਫਾਇਦੇ ਵਾਸਤੇ ਵਰਤ ਲਈਏ ਇੱਥੇ ਜਿਹੜਾ ਕਲੱਬ ਬਣਨਾ ਹੈ ਉਹ ਵੀ ਇਹਨੂੰ ਮੁਕੰਮਲ ਕਰ ਲਈਏ ਸੀਵਰੇਜ ਪੈ ਜਾਵੇ ਆਪਣੇ ਜਿਹੜੀ ਆਤਮੀ ਜੰਝਕਾਰ ਆ ਜਾਂ ਭਗਵਾਨ ਵਾਲਮੀਕ ਜੀ ਦੀ ਧਰਮਸ਼ਾਲਾ ਹੈ ਗਲੀਆਂ ਨਾਲੀਆਂ ਨੇ ਹੋਰ ਵੀ ਜਿਹੜੇ ਕੰਮ ਸਾਰੇ ਆਪਣੇ ਪਿੰਡ ਦੇ ਉਹਨਾਂ ਨਾਲ ਕਰ ਸਕਾਂਗੇ ਇਹ ਮੈਂ ਅੱਜ ਦੇ ਇਸ ਖੁਸ਼ੀ ਵਾਲੇ ਮੌਕੇ ਤੇ ਐਲਾਨ ਕਰਕੇ ਜਾਣਾ ਸੋ ਸਾਰੇ ਕਲੱਬ ਦੇ ਮੈਂਬਰਾਂ ਨੂੰ ਸਾਰੇ ਹੀ ਚੱਕ ਖੁਰਦ ਦੇ ਨਗਰ ਨਿਵਾਸੀਆਂ ਨੂੰ ਸਾਰੇ ਬਜ਼ੁਰਗਾਂ ਵੀਰਾਂ ਨੂੰ ਆਪਣੀਆਂ ਮਾਤਾਵਾਂ ਭੈਣਾਂ ਨੂੰ ਵਿਸ਼ੇਸ਼ ਤੌਰ ਤੇ ਗ੍ਰਾਮ ਪੰਚਾਇਤ ਨੂੰ ਸਰਪੰਚ ਸਾਹਿਬ ਨੂੰ ਇਹਨਾਂ ਦੇ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਵਧਾਈ ਦੇ ਕੇ ਸਾਰੀ ਸੰਗਤ ਤੋਂ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਬਡਾਲਾ ਸਾਹਿਬ 14 ਲੱਖ ਰੁਪਇਆ ਦੇ ਕੇ ਗਏ ਚੱਕ ਖੁਰਦ ਲਈ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਸਕੂਲ ਲਈ ਉਹ ਕਹਿੰਦੇ ਜੇ ਫੰਡ ਸਿੱਧੇ ਤੌਰ ਤੇ ਆਊਗਾ ਜੇ ਨਹੀਂ ਆਊਗਾ ਤੇ ਆਪਾਂ ਫਿਰ ਜਾ ਕੇ ਲੈ ਆਵਾਂਗੇ ਕਿਉਂਕਿ ਇਹ ਨਾ ਹੀ ਨਹੀਂ ਕਰਦੇ ਬਹੁਤ ਮਾਣ ਆ ਏਡਾ ਦੇ MLA ਘੱਟ ਮਿਲਦੇ ਇਲਾਕਿਆਂ ਨੂੰ ਬਹੁਤ ਹੀ ਸੂਝਵਾਨ ਪੜ੍ਹੇ ਲਿਖੇ ਨੌਜਵਾਨ MLA ਆ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਪਹੁੰਚਣ ਦੇ ਇਹਨਾਂ ਦਾ ਸਰਦਾਰ ਦਵਿੰਦਰ ਸਿੰਘ ਜੀ ਨੂੰ ਬੇਨਤੀ ਕਰਦੇ ਆ ਜਾਓ ਤੁਸੀਂ ਵੀ ਚਾਹ ਪੀ ਲਓ SHO ਸਾਹਿਬ ਥਾਣਾ ਸਦਰ ਨਕੋਦਰ ਬਹੁਤ ਹੀ ਸਤਿਕਾਰਯੋਗ ਨੇ ਵੀ ਮੇਰੇ ਵੀਰ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਵਡਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਸੀ ਇਹ ਵਰਲਡ ਕੱਪ ਕਰਾਉਣ ਲਈ ਇਹ ਕਬੱਡੀ ਘਰ ਘਰ ਪਹੁੰਚ ਗਈ ਹਰੇਕ ਬੱਚੇ ਤੋਂ ਲੈ ਕੇ 2-3 ਸਾਲ ਦੇ ਬੱਚੇ ਨੂੰ ਵੀ ਪਤਾ ਕਿ ਕਬੱਡੀ ਕੀ ਚੀਜ਼ ਹੈ ਇਹ ਮੁੱਖ ਮੰਤਰੀ ਸਾਹਿਬ ਦਾ ਬਹੁਤ ਵੱਡਾ ਉਪਰਾਲਾ ਸੀ ਸੁਖਵੀਰ ਬਾਦਲ ਦਾ ਸੋ ਦੁਬਾਰਾ ਫਿਰ ਕਬੱਡੀ ਤੁਰੀ ਹੈ ਜਦੋਂ ਤੋਂ ਵਰਲਡ ਕੱਪ ਹੋਣ ਲੱਗਾ ਪਹਿਲਾਂ ਤਾਂ ਬਿਲਕੁਲ ਬੰਦ ਹੋ ਗਏ ਸੀ ਪਿੰਡਾਂ ਦੇ ਟੂਰਨਾਮੈਂਟ ਹੁਣ ਮੈਂ ਕਿਹਾ ਜੀ ਗੌਰਮੈਂਟ ਇਹਦਾ ਸਹਿਯੋਗ ਕਰਿਆ ਕਰੇ ਤੇ ਕੋਈ ਗੱਲ ਨਹੀਂ ਸਾਡੇ MP ਸਾਹਿਬ ਵੀ 3 ਲੱਖ ਰੁਪਇਆ ਦੇ ਕੇ ਗਏ ਸਪੋਰਟਸ ਕਲੱਬ ਲਈ ਉਹ ਵੀ ਬਹੁਤ ਵੱਡਾ ਉਪਰਾਲਾ ਸੀ ਉਹਨਾਂ ਦੇ 3 ਲੱਖ ਦਾ ਚੈੱਕ ਦਿੱਤਾ ਹੈ ਸਰਦਾਰ ਸੁਰਿੰਦਰ ਸਿੰਘ ਸਾਬਕਾ ਸਰਪੰਚ ਜੀ ਨੂੰ ਉਹ ਬਹੁਤ ਵੱਡੀ ਗੱਲ ਹੈ ਜਿਹੜੇ ਨਗਦ ਪੈਸੇ ਗੌਰਮੈਂਟ ਦਿੰਦੀ ਹੈ ਉਹ ਬਹੁਤ ਚੰਗੀ ਗੱਲ ਹੈ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਮੁੱਖ ਮਹਿਮਾਨਾਂ ਦਾ ਇੱਥੇ ਆਇਆ ਹੋਇਆ ਦਾ ਬਹੁਤ ਬਹੁਤ ਆ ਬਈ ਕੁੱਕੜ ਵਾਲੇ ਆ ਜਾਓ ਫਿਰ ਇਸ ਮੈਚ ਤੋਂ ਬਾਅਦ ਫਾਈਨਲ ਮੈਚ ਕਰਾਉਣਾ ਜਿਹੜੀ ਟੀਮ ਇਹਨਾਂ ਚੋਂ ਜਿੱਤੂਗੀ ਉਹ ਚੱਕ ਖੁਰਦ ਨਾਲ ਫਾਈਨਲ ਮੈਚ ਖੇਡੂਗੀ ਉਹ ਮੁੰਡੇ ਦੇ ਸੱਟ ਲੱਗੀ ਹੋਈ ਦੇਖਿਓ ਮਰ ਗਿਆ ਜਾ ਕੇ ਹਰਵਿੰਦਰ ਜੀ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਵੀ ਮਾਂ ਦੇ ਬਲੀ ਯੋਧੇ ਨੂੰ ਤੱਤੀ ਵਾਹ ਨਾ ਲੱਗੇ ਖੇਡ ਮੈਦਾਨਾਂ ਵਿੱਚ ਮੇਰੇ ਵੀਰੋ ਇਹ ਨੌਜਵਾਨ ਮੈਂ ਵੇਖਦਾ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰੇ ਇੰਦਰ ਹੈ ਸੁਰ ਸਿੰਘ ਵਾਲੇ ਦਾ ਜੋ ਹਲਕੀ ਜਿਹੀ ਸੱਟ ਮਹਿਸੂਸ ਕਰ ਰਿਹਾ ਇਹ ਖੇਡ ਐਸੀ ਖੇਡ ਹੈ ਮੇਰੇ ਵੀਰੋ ਜਿਸ ਖੇਡ ਵਿੱਚ ਅਕਸਰ ਹੀ ਥੋੜੀਆਂ ਮੋਟੀਆਂ ਸੱਟਾਂ ਲੱਗ ਜਾਂਦੀਆਂ ਆਪਾਂ ਇਹ ਅਰਦਾਸ ਕਰਕੇ ਤੁਰਿਆ ਕਰੀਏ ਵੀ ਕਿਸੇ ਵੀ ਮਾਂ ਦੇ ਬਲੀ ਯੋਧੇ ਨੂੰ ਤੱਤੀ ਵਾਹ ਨਾ ਲੱਗੇ 2 ਤੇ 3 ਤਰੀਕਾਂ ਜੜਿਆਲੇ ਦੇ ਕਬੱਡੀ ਕੱਪ ਦੀਆਂ ਤਰੀਕਾਂ ਮੇਰੇ ਵੀਰੋ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 3 ਮਾਰਚ ਨੂੰ ਤਕੜਾ ਕਬੱਡੀ ਕੱਪ ਕਰਵਾਇਆ ਜਾ ਰਿਹਾ 2 ਨੂੰ ਪਿੰਡ ਪੱਧਰ ਤੇ ਮੈਚ ਹੈ ਜਤਿੰਦਰ ਚੌਲ ਸਾਡਾ ਵੀਰ ਪੁੱਜਿਆ ਹੋਇਆ ਗੋਪੀ ਚੌਲ ਪੁੱਜੇ ਹੋਏ ਆ ਸਾਡੇ ਵੀਰ ਦੋਨੋਂ ਵੀਰਾਂ ਦਾ ਧੰਨਵਾਦ ਗੋਪੀ ਚੌਲ ਤੇ ਜਤਿੰਦਰ ਚੌਲ ਦੱਸਦੇ ਆ ਕਿ 2 ਤੇ 3 ਤਰੀਕਾਂ ਜੜਿਆਲੇ ਦੇ ਕਬੱਡੀ ਕੱਪ ਦੀਆਂ ਤਰੀਕਾਂ 3 ਮਾਰਚ ਨੂੰ ਲਿੱਤਰਾਂ ਵਿਖੇ ਟਰੈਕਟਰ ਦੇ ਟੋਚਨ ਮੁਕਾਬਲੇ ਆ ਤੇ ਨਾਲੇ ਛਿੰਝ ਹੈ ਪਟਕੇ ਦੀ ਕੁਸ਼ਤੀ ਜੱਸਾ ਪੱਟੀ ਤੇ ਕਮਲ ਡੂਮ ਛੇੜੀ ਦੇ ਦਰਮਿਆਨ ਮੇਰੇ ਵੀਰ ਹੋਣੀ ਆ 4 ਨੂੰ ਲਿੱਤਰਾਂ ਦਾ ਕਬੱਡੀ ਕੱਪ ਹੈ 5 ਤੇ 6 ਨੂੰ ਡੱਲੇ ਵਾਲ ਦਾ ਕਬੱਡੀ ਕੱਪ ਹੈ ਮੇਰੇ ਵੀਰੋ ਤਰੀਕਾਂ ਨੋਟ ਕਰ ਲਓ ਜਤਿੰਦਰ ਜੌਲ ਤੇ ਗੋਪੀ ਜੌਲ ਵੀਰਾਂ ਦਾ ਧੰਨਵਾਦ ਹੈ ਅਕਸਰ ਹੀ ਜਦੋਂ ਆਉਂਦੇ ਆ ਬੋਲਾਂ ਦੇ ਵੱਡੇ ਮਾਣ ਕਰਕੇ ਜਾਂਦੇ ਆ ਜਤਿੰਦਰ ਜੌਲ ਤੇ ਗੋਪੀ ਜੌਲ ਧੰਨਵਾਦ ਇਹਨਾਂ ਵੀਰਾਂ ਦਾ ਲੋ ਰਮਨ ਬੈਸਟ ਰੇਡਲ ਤੇ ਬੈਸਟ ਜਾਫੀ ਵੀ ਕੱਢਣੇ ਆ ਉਹ ਜਿਹੜਾ ਤੀਸਰਾ ਰੈਫਰੀ ਸਾਹਿਬ ਸਾਡੇ ਆਏ ਆ ਉਹਨਾਂ ਨੂੰ ਬੇਨਤੀ ਆ ਕੋ ਆ ਜਾਣ ਉਹ ਜਦੋਂ ਫਾਈਨਲ ਮੈਚ ਆਊਗਾ ਬੈਸਟ ਰੇਡਰ ਤੇ ਬੈਸਟ ਜਾਫੀ ਕੱਢਣੇ ਆ ਗੁਰਵਿੰਦਰ ਸਿੰਘ ਹਰਨੇਕ ਸਿੰਘ ਇੱਥੇ ਪਹੁੰਚੇ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਅਰਸੇ ਵਾਲੇ ਆ ਜਾਓ ਸ਼ੰਕਰ ਵਾਲੇ ਸ਼ੰਕਰ ਰੱਸੇ ਵਾਲੇ ਟੀਮ ਆਣ ਕੇ ਪ੍ਰਾਈਜ ਲੈ ਲਓ ਇੱਥੇ ਗੁਰਵਿੰਦਰ ਸਿੰਘ ਬਜੂਹੇ ਤੋਂ ਤੇ ਹਰਨੇਕ ਸਿੰਘ ਨੇਕਾ ਪਹੁੰਚਣ ਤੇ ਧੰਨਵਾਦ
ਕਿਉਂਕਿ ਇਹ ਵੀ ਬਹੁਤ ਯੂਥ ਅਕਾਲੀ ਦਲ ਦੇ ਨੌਜਵਾਨ ਨੇ, ਬੜਾ ਯੋਗਦਾਨ ਹੈ ਅਕਾਲੀ ਦਲ ਨੂੰ ਇਹਨਾਂ ਦਾ। ਜੀਤੇ 1000 ਰੁਪਇਆ ਵਿਵੇਕ ਭੱਲਾ ਜੀ ਦੇ ਕੇ ਗਏ ਕਲੱਬ ਨੂੰ, ਇਹਨਾਂ ਦਾ ਵੀ ਸਨਮਾਨ ਕਰਨਾ ਹੈ, ਵਿਵੇਕ ਭੱਲੇ ਜੀ ਨੂੰ ਵੀ ਸਨਮਾਨ ਕਰਨਾ। ਇਹ ਵੀ ਉੱਘੇ ਅਕਾਲੀ ਹੈ, ਯੂਥ ਅਕਾਲੀ ਦਲ ਗੁਰਪ੍ਰਤਾਪ ਸਿੰਘ ਵਡਾਲਾ ਦੇ ਬਹੁਤ ਨੇੜਲੇ ਸੱਜਣ ਨੇ ਵਿਵੇਕ ਭੱਲਾ ਜੀ, ਇਹਨਾਂ ਨੂੰ ਸਨਮਾਨ ਦੇਣਾ ਹੈ। ਆਵੇ ਫੱਕਰ ਬਾਬਾ ਈਦੂ ਸ਼ਾਹ ਜੀ ਪਿੰਡ ਚੱਕ ਕਬੂਤਰਾਂ ਦੀ ਬਾਜ਼ੀ ਵਿੱਚੋਂ ਵਿਸ਼ੇਸ਼ ਸਨਮਾਨਿਤ ਕੀਤਾ, ਲੱਗੋ ਸਟਾਰਟ ਜਿਨ੍ਹਾਂ ਨੇ ਕਬੂਤਰ ਬਾਜ਼ੀ ਵਿੱਚ ਪਿੰਡ ਚੱਕਾ ਨੂੰ ਬੁਲਟ ਮੋਟਰਸਾਈਕਲ ਐਲ ਸੀ ਡੀ ਸੋਨੇ ਦੀ ਮੁੰਡੀ ਫਰਿੱਜ ਇੱਕ ਸੋਨੇ ਦੀ ਚੈਨੀ 31,000 ਰੁਪਈਆ ਜਿੱਤਿਆ ਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਪਿੰਡ ਚੱਕਾ ਦਾ ਨਾਂ ਪੰਜਾਬ ਵਿੱਚ ਮਸ਼ਹੂਰ ਕੀਤਾ। ਲੱਗੋ ਉਸਤਾਦ ਦੇ ਬਾਲਕ ਨਾਂ ਨੂੰ ਵਿਸ਼ੇਸ਼ ਸਨਮਾਨਿਤ ਕੀਤਾ ਜਾਵੇਗਾ। ਇਹ ਵੀ ਆਪਣਾ ਸਨਮਾਨ ਬਡਾਲਾ ਸਾਹਿਬ ਤੋਂ ਲੈ ਲਵੇ, ਭੱਲਾ ਸਾਹਿਬ ਤੁਸੀਂ ਵੀ ਬਡਾਲਾ ਸਾਹਿਬ ਤੋਂ ਸਨਮਾਨ ਲੈ ਲਓ। ਭੱਲਾ ਸਾਹਿਬ, ਭੱਲਾ ਜੀ ਸਨਮਾਨ ਲੈ ਲਓ। ਇਹ ਉੱਘੇ ਅਕਾਲੀ ਨੇ ਨਕੋਦਰ ਦੇ। ਆ ਜੀ ਕਬੂਤਰਾਂ ਵਾਲਿਆਂ ਨੂੰ ਦੇ ਦਿਓ ਜੀ ਸਨਮਾਨ, ਅਲਿਓ ਸ਼ੀਲ ਦਾ ਕਿੱਥੇ ਆ। ਲੱਕੋ ਉਸਤਾਦ ਦੇ ਵਿਵੇਕ ਸਨਮਾਨ ਕੀਤਾ ਜਾਵੇਗਾ। ਆ ਕਬੂਤਰਾਂ ਦਾ ਸਨਮਾਨ ਦੇ ਦਿਓ ਜੀ। ਏ ਐਸ ਆਈ ਸਾਹਿਬ ਸ਼ੰਕਰ ਵਾਲੇ ਮੇਰਾ ਵੀਰ ਜੀ ਆ ਜਾਓ, ਠੰਡਦਾਰ ਸਾਹਿਬ ਆਓ, ਸਨਮਾਨ ਲਓ ਜੀ। ਅਨਕੋਦਰ ਵਾਲੇ ਐਸ ਐਚ ਓ ਸਾਹਿਬ ਵੀ ਸਨਮਾਨਿਤ ਲੈ ਲੈਣ। ਲਓ ਇੱਥੇ ਸਮਾਂ ਸਮਾਪਤ ਹੈ, ਦੱਸੇ ਵੀ ਵੀਰ ਕਿਹੜੀ ਟੀਮ ਫਾਈਨਲ ਵਿੱਚ ਪਹੁੰਚੀ। ਨਕੋਦਰ ਵਾਲੇ ਸਦਰ ਥਾਣਾ ਨਕੋਦਰ ਤੋਂ ਇਹਨਾਂ ਨੂੰ ਪ੍ਰਾਈਜ਼ ਦਿੰਦੇ ਹੋਏ ਸਰਪੰਚ, ਦੋਨੋਂ ਸਰਪੰਚ ਗੁਰਪ੍ਰਤਾਪ ਸਿੰਘ ਜੀ ਵਡਾਲਾ। ਆ ਕਬੂਤਰਾਂ ਵਾਲਿਆਂ ਨੂੰ ਇਨਾਮ ਦੇ ਦਿਓ ਬਈ, ਇਹ ਪੰਜਾਬ 'ਚ ਚੱਕਾ ਦਾ ਨਾਮ ਮਸ਼ਹੂਰ ਕੀਤਾ ਇਹਨਾਂ ਨੇ ਪਹਿਲੇ ਨੰਬਰ ਤੇ ਆ ਕੇ ਕਬੂਤਰਬਾਜ਼ੀ ਵਿੱਚ। ਆ ਬਈ ਦਵਿੰਦਰ ਸਿੰਘ ਕੈਨੇਡਾ ਵਾਲਿਆਂ ਨੂੰ ਵੀ ਸਨਮਾਨ ਦੇ ਦਿਓ, ਇਹਨਾਂ ਤੋਂ ਲੈ ਲਓ ਬਡਾਲਾ ਸਾਹਿਬ ਤੋਂ ਸਨਮਾਨ। ਆ ਐਨ ਆਰ ਆਈ ਭਰਾਵਾਂ ਨੂੰ ਦੇ ਹੀ ਦਿਓ ਜੀ ਸਨਮਾਨ, ਜਿੱਤੇ ਐਨ ਆਰ ਆਈ ਵੀਰ ਜਿੰਨੇ ਵੀ ਆਪਣੇ ਇਹਨਾਂ ਨੂੰ ਸਨਮਾਨ ਦੇ ਦਿਓ। ਰਜਿੰਦਰ ਸਿੰਘ ਬਿੱਲੂ ਵੀ ਲੈ ਲਵੇ, ਛੋਟੀ ਦੇ ਡੈਡੀ ਦੀ ਵੀ ਜਾ ਕੇ ਨਾਮ ਲੈ ਲੈਣ। ਰੰਧਾਵਾ ਸਾਹਿਬ ਇੱਕੋ ਮਿੰਟ ਲੈਣਾ, ਇੱਕੋ ਮਿੰਟ। ਇਹਦੇ ਵਿੱਚ ਸੁਰ ਸਿੰਘ ਦੀ ਟੀਮ ਫਾਈਨਲ ਵਿੱਚ ਪੁੱਜ ਗਈ ਹੈ, ਜੋ ਮੈਂ ਵੀ ਚਾਹੁੰਦਾ ਸੀ ਵੀ ਸੁਰ ਸਿੰਘ ਦੀ ਟੀਮ ਫਾਈਨਲ ਵਿੱਚ ਪੁੱਜੇ, ਕਿਉਂਕਿ ਤਗੜਾ ਮੈਚ ਹੋਣਾ। ਇੱਕ ਵਾਰ ਤਾੜੀ ਮਾਰ ਦਿਓ, ਫਾਈਨਲ ਮੈਚ ਬਹੁਤ ਤਗੜਾ ਹੋਣਾ ਮੇਰੇ ਵੀਰੋ। ਸੁਰ ਸਿੰਘ ਵਾਲੇ ਫਾਈਨਲ ਵਿੱਚ ਹੈ ਜੀ, ਸੁਰ ਸਿੰਘ ਵਾਲੇ। ਵੀਰ ਜੀ ਜੇ ਕੋ ਮੋਢਾ ਚਾਵੇ ਸਰਦਾਰ ਨਿਰਮਲ ਸਿੰਘ ਸਰਪੰਚ ਨੂੰ ਪਹਿਲਾਂ ਸਨਮਾਨ ਕਰੋ ਬਡਾਲਾ ਸਾਹਿਬ। 51,000 ਰੁਪਇਆ ਦਿੱਤਾ ਟੂਰਨਾਮੈਂਟ ਨੂੰ, ਜੇ ਕੋ ਮੋਢਾ ਚਾੜ ਲੈਂਦਾ ਤਾਂ ਖੇਡ ਮੈਦਾਨ ਜਾਵੇ ਸੁਰ ਸਿੰਘ। ਦੂਜਾ ਸਨਮਾਨ ਸਰਦਾਰ ਸੁਰਿੰਦਰ ਸਿੰਘ ਸਾਬਕਾ ਸਰਪੰਚ, 51,000 ਰੁਪਇਆ ਉਹਨਾਂ ਨੇ ਦਿੱਤਾ ਇਸ ਟੂਰਨਾਮੈਂਟ ਲਈ। ਇਹਨਾਂ ਦੋਵਾਂ ਸਰਪੰਚਾਂ ਨੂੰ ਨਾਮ ਦਿਓ, ਇਹਨਾਂ ਦਾ ਸਨਮਾਨ ਕਰੋ। ਤੀਸਰਾ ਹਰਵੰਤ ਸਿੰਘ ਸਾਬਕਾ ਸਰਪੰਚ ਦੇ ਪਰਿਵਾਰ ਵੱਲੋਂ 50,000 ਰੁਪਇਆ। ਤੀਸਰਾ ਹਰਵੰਤ ਸਿੰਘ ਸਾਬਕਾ ਸਰਪੰਚ ਦੇ ਪਰਿਵਾਰ ਵੱਲੋਂ 50,000 ਰੁਪਇਆ, ਉਹ ਵੀ ਆਣ ਕੇ ਇਨਾਮ ਲੈ ਲਓ। ਜਸਵਿੰਦਰ ਸਿੰਘ ਜੀ ਜਾਂ ਸੋਹਣ ਸਿੰਘ ਜੀ ਕੋਈ ਵੀ ਆਣ ਕੇ ਇਨਾਮ ਲੈ ਲਓ। ਰਾਣਾ ਬਨਵਾਲੀਪੁਰ ਵੀਰ ਜੀ ਚਾਬੀ ਦੇ ਦਿਓ ਗੱਡੀ ਦੀ। ਉਹ ਤੋਂ ਬਾਅਦ ਸੋਢੀ ਸਿੰਘ, ਸਾਨੂੰ ਸੋਹਣ ਸਿੰਘ ਯੂਕੇ ਵਾਲੇ 25,000 ਰੁਪਇਆ ਦਿੱਤਾ, ਸੋਹਣ ਸਿੰਘ ਜੀ ਖੜੇ ਇਹਨਾਂ ਨੂੰ ਦੇ ਦਿਓ। ਜਸਵਿੰਦਰ ਸਿੰਘ ਨੂੰ ਇਨਾਮ ਦੇ ਦਿਓ ਸਾਬਕਾ ਸਰਪੰਚ ਦੇ ਪਰਿਵਾਰ ਵੱਲੋਂ 50,000 ਰੁਪਇਆ। ਅਮਰੀਕ ਸਿੰਘ ਸੋਢੀ ਸਿੰਘ ਦੇ ਡੈਡੀ ਨੂੰ ਨਾਮ ਦੇ ਦਿਓ ਜੀ, ਸੋਢੀ ਸਿੰਘ ਦੇ ਡੈਡੀ ਸਰਦਾਰ ਸੋਹਣ ਸਿੰਘ ਜੀ ਖੜੇ ਨੇ, 25,000 ਰੁਪਇਆ ਦਿੱਤਾ ਟੂਰਨਾਮੈਂਟ ਲਈ। ਸਰਦਾਰ ਅਮਰੀਕ ਸਿੰਘ ਸਨ ਆਫ ਲੈਂਬਰ ਸਿੰਘ ਬਲਵਿੰਦਰ ਸਿੰਘ ਬਿੱਲਾ ਜੀ ਤੁਸੀਂ ਵੀ ਨਾਮ ਲੈ ਜਾਓ। ਹੈਲੋ ਹੈਲੋ ਜੱਸਾ, ਜੱਸਾ ਜਿੱਥੇ ਵੀ ਹੋਇਆ ਨਾਮ ਲੈ ਲਵੇ ਬਈ, ਬਿੱਲੇ ਦਾ ਲੜਕਾ।
ਉਤਵਾ ਰਜਿੰਦਰ ਸਿੰਘ ਬਿੱਲੂ ਯੂਐਸਏ ਵਾਲਾ 25,000 ਰੁਪਇਆ ਉਹ ਵੀ ਆ ਗਿਆ। ਅਮਰਤਪਾਲ ਸਿੰਘ ਦਵਿੰਦਰ ਸਿੰਘ ਬੀਬੀ ਚਾਚੀ ਗੁਰਪ੍ਰੀਤ ਕੌਰ ਜੀ ਆਣ ਕੇ ਪ੍ਰਾਈਜ਼ ਲੈ ਲਓ ਦਵਿੰਦਰ ਦਾ ਕਾਲੇ ਦਾ 25,000 ਰੁਪਇਆ ਉਹਨੇ ਆ ਜਾਓ ਕੋਈ ਗੱਲ ਨੀ ਬਿੱਲੂ ਉਹ ਦਵਿੰਦਰ ਦਾ ਵੀ ਇਨਾਮ ਲੈ ਲਈ ਬਈ ਯੂਐਸਏ ਵਾਲੇ ਦਾ। ਪਰਮਜੀਤ ਸਿੰਘ ਦਵਿੰਦਰ ਸਿੰਘ ਭੁੱਡਾ ਉਹਨਾਂ ਦਾ ਵੀ ਇਨਾਮ ਲੈ ਲਓ ਸੋਕੇ ਤਾਂ ਬੋਲ ਦਿੰਦੇ ਕੋਈ ਗੱਲ ਨੀ ਨੰਬਰ ਆਊਗਾ ਜਦੋਂ। ਪਵਿੱਤਰ ਸਿੰਘ ਸਾਨੂੰ ਬਖਸ਼ੀਸ਼ ਸਿੰਘ ਯੂਕੇ 21,000 ਵੀ ਇਨਾਮ ਲੈ ਲਓ। ਸੁੱਚਾ ਸਿੰਘ ਮੱਲਾ ਸਿੰਘ ਕੈਨੇਡਾ ਵਾਲੇ 21,000 ਉਹ ਵੀ ਇਨਾਮ ਲੈ ਲਓ। ਚਲੋ ਬਾਕੀਆਂ ਨੂੰ ਬਾਅਦ ਵਿੱਚ ਦੇ ਦਿੰਦੇ ਜੀ ਉਹ ਬਟਾਲਾ ਸਾਹਿਬ ਨੇ ਜ਼ਰੂਰੀ ਦੇਣਾ ਹੈ। ਕੁੱਕੜ ਛੱਡ ਦਿੱਤਾ ਗਰਾਊਂਡ ਦੇ ਦੇਣੇ ਫਾਨਾ ਆ ਜਾਓ ਖੁੱਲਾ ਸੱਦਾ ਬਜਬਰੂ ਕੁੱਕੜ ਵਾਲੇ ਦੋ ਮਿੰਟ ਚ ਗਰਾਊਂਡ ਚ ਆ ਜਾਓ ਕੁੱਕੜ ਵਾਲੇ ਜਿੰਨੇ ਆਉਣਾ ਜਫਰੂ ਤਿਆਰ ਆ ਬਾਕੀ ਜਿੰਨੇ ਆਉਣਾ ਆ ਜਾਓ ਦੋ ਮਿੰਟਾਂ ਚ ਕੁੱਕੜ ਵਿੱਚ ਜਾ ਕੇ ਫੜ ਲਓ। ਸੈਮੀ ਫਾਈਨਲ ਮੈਚ ਚੱਕ ਖੁਰਦ ਤੇ ਦੂਸਰਾ ਪਿੰਡ ਕਿਹੜਾ ਜਿੱਤਿਆ ਜੀ ਮੈਨੂੰ ਦੱਸਿਆ ਨੀ ਸੁਰ ਸਿੰਘ ਵਾਲਾ ਸੁਰ ਸਿੰਘ ਵਾਲਾ ਹਾਂ ਸੁਰ ਸਿੰਘ ਕੁਲਵਿੰਦਰ ਸਿੰਘ ਸੁੱਚਾ ਸਿੰਘ ਮੱਲਾ ਸਿੰਘ ਕੈਨੇਡਾ 21,000 ਰੁਪਇਆ ਵੀ ਪ੍ਰਾਈਜ਼ ਲੈ ਲਓ। ਸੁੱਚਾ ਸਿੰਘ ਮੱਲਾ ਸਿੰਘ ਕੈਨੇਡਾ 21,000 ਮਹਿੰਦਰ ਸਿੰਘ ਮਹਾਂਸਿੰਘ ਦੇ ਪਰਿਵਾਰ ਨੂੰ 21,000 ਸੋਖਾ ਭਾਲ 20,400 ਇਹ ਵੀ ਇਨਾਮ ਲੈ ਲਵੇ ਇਨਾਮ ਲੈ ਲਓ ਮਿੱਤਰੋ ਜਿਹੜਾ ਨੇ ਪਰਮਜੀਤ ਸਿੰਘ ਦਵਿੰਦਰ ਸਿੰਘ ਭੁੱਗਾ ਸਾਨੂੰ ਸਵਰਨ ਸਿੰਘ ਦਾ 25,000 ਅਰਵਿੰਦਰ ਮਹਿਮ ਇਹਨਾਂ ਨੂੰ ਬਾਅਦ ਕਰਦੇ ਆ ਜੀ ਹੈਪੀ ਸਿੰਧਵਾ ਰਾਣਾ ਬਲਵਾਲੀਪੁਰ ਇਹਨਾਂ ਨੂੰ ਬਾਅਦ ਚ ਦੇਵਾਂਗੇ। ਕੋਈ ਨੀ ਬਾਅਦ ਚ ਦੇ ਦਿੰਦੇ ਜਿਹੜੇ ਰਹਿ ਗਏ 25,000 ਵਾਲਿਆਂ ਨੂੰ ਦੇਤਾ ਬਾਕੀਆਂ ਨੂੰ ਬਾਅਦ ਚ ਦੇ ਦਿੰਦੇ। ਹੈਲੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਹੁਣ ਕੁੱਕੜ ਜੀ ਸਿੰਘ ਸੁਖਦੇਵ ਸਿੰਘ ਲੰਬੜਦਾਰ 15,000 ਕੁਲਵਿੰਦਰ ਸਿੰਘ ਰੇਸ਼ਮ ਸਿੰਘ ਨਿਊਜ਼ੀਲੈਂਡ 15,000 ਗੁਰਪ੍ਰੀਤ ਸਿੰਘ ਬਖਸ਼ੀ ਸਿੰਘ 11,000 ਇਹ ਵੀ ਇਹਨਾਂ ਨੂੰ ਵੀ ਦੇ ਦਿਓ ਪ੍ਰਾਈਜ਼ ਇਹ ਦੇ ਦਿਓ ਬਈ ਗੁਰਪ੍ਰੀਤ ਬਖਸ਼ੀ ਸਿੰਘ ਨੂੰ 11,000 ਰੁਪਇਆ ਨੂੰ ਪ੍ਰਾਈਜ਼ ਦੇ ਦਿਓ। ਇੰਦਰਜੀਤ ਸਿੰਘ ਸੁਖਦੇਵ ਸਿੰਘ ਲੰਬੜਦਾਰ ਮਨੀ ਲੰਬੜ ਤੋਂ ਵੀ ਲੈ ਲਾ ਉੱਧਰ ਕੁੱਕੜ ਛੱਡ ਦਿੱਤਾ ਬਈ ਕੁੱਕੜ ਛੱਡ ਦਿੱਤਾ ਦੇਖੋ ਭੱਜ ਕੇ ਫੜਨਾ ਜਿਹੜਾ ਉੱਤੇ ਡੱਪਿਆ ਉਹਨੂੰ ਨੀ ਮਿਲਣਾ ਭੱਜ ਕੇ ਫੜਨਾ ਭੱਜ ਕੇ ਓਹ ਮਜ਼ਾ ਆ ਗਿਆ ਕੁੱਕੜਾ ਕਹਿੰਦਾ ਹੱਥ ਨੀ ਆਉਣਾ ਵਾਹ ਸੋਖੇ ਦਾ ਭੋਪਾਲ ਦਾ 20,400 ਇਨਾਮ ਲੈ ਲਓ। ਮਾਸਟਰ ਪਰਮਜੀਤ ਸਿੰਘ ਵਾਲਾ ਸਰਦਾਰ ਬਲਵੰਤ ਸਿੰਘ ਨੂੰ ਦੇ ਦਿਓ ਜੀ ਮਾਸਟਰ ਪਰਮਜੀਤ ਵਾਲਾ ਸਰਦਾਰ ਬਲਵੰਤ ਸਿੰਘ ਨੂੰ ਦੋਨਾਂ ਟੀਮਾਂ ਮਾਸਟਰ ਪਰਮਜੀਤ ਸਿੰਘ ਦਾ ਅਵਤਾਰ ਸਿੰਘ ਸਾਨੂੰ ਸਰਵਰ ਸਿੰਘ 11,000 ਰੁਪਇਆ ਇਹਨਾਂ ਨੂੰ ਵੀ ਪ੍ਰਾਈਜ਼ ਦੇ ਦਿਓ। ਗੁਰਵਿੰਦਰ ਤੇ ਵਰਿੰਦਰ ਸਿੰਘ ਕੁਲਦੀਪ ਜਰਮਨ ਵਾਲਿਆਂ ਦਾ ਬਿੱਲੂ ਵੀ ਲੈ ਲਈ ਵਰਿੰਦਰ ਤੇ ਵਰਿੰਦਰ ਸਾਨੂੰ ਕੁਲਦੀਪ ਸਿੰਘ ਜਰਮਨ ਵਾਲੇ 11,000 ਰੁਪਇਆ ਇਹਦਾ ਵੀ ਦੇ ਦਿਓ ਪ੍ਰਾਈਜ਼। ਇੰਦਰਜੀਤ ਸਿੰਘ ਲੰਬੜਦਾਰ ਦਾ ਲੈ ਲਿਆ ਕੁਲਵਿੰਦਰ ਸਿੰਘ ਰੇਸ਼ਮ ਸਿੰਘ ਨਿਊਜ਼ੀਲੈਂਡ 15,000 ਇਹਨਾਂ ਨੂੰ ਵੀ ਪ੍ਰਾਈਜ਼ ਦੇ ਦਿਓ। ਗੁਰਪ੍ਰਕਾਸ਼ ਸਿੰਘ ਗੋਪੀ ਅਜੀਤ ਸਿੰਘ ਨੰਬਰਦਾਰ 11,000 ਰੁਪਇਆ ਵੀ ਲੈ ਲੈਣ।
ਅਗੋਦੇ ਦੀ ਪ੍ਰਾਈਜ਼ ਵੜ ਕੇ ਕੋਈ ਗੁੱਸੇ ਨਾ ਹੋ ਜਾਵੇ, ਇਹ ਜ਼ਰੂਰੀ ਹੈ। ਗੁਰਪ੍ਰੀਤ ਸਿੰਘ ਪ੍ਰਕਾਸ਼ ਲੈ ਵੀ ਉਹਨਾਂ ਨੇ ਜਾਣਾ ਆ, ਬਿਜੀ ਹੈ ਥੋੜਾ। ਧੰਨਵਾਦ ਬਡਾਲਾ ਸਾਹਿਬ ਦਾ, ਬਹੁਤ ਬਹੁਤ ਧੰਨਵਾਦ। ਇੱਥੇ ਪਹੁੰਚਣ ਤੇ ਬੜਾ ਨਿੱਜੀ ਟਾਈਮ ਛੱਡ ਕੇ ਆਉਂਦੇ ਆ, ਬੜਾ ਕੰਮ ਹੁੰਦਾ ਇਹਨਾਂ ਨੂੰ। ਉਹ ਕੁੱਕੜ ਦੁਬਾਰਾ ਛੱਡਣ ਲੱਗੇ ਆ, ਫਾਈਨਲ ਮੈਚ। ਹੈਲੋ ਚੱਕ ਖੁਰਦ ਤੇ ਸੁਰ ਸਿੰਘ ਵਾਲਾ ਫਾਈਨਲ ਮੈਚ ਚੱਕ ਖੁਰਦ ਤੋਂ ਚੰਦ ਮਿੰਟਾਂ ਵਿੱਚ ਹੋਵੇਗਾ। ਹੈਲੋ ਉਹ ਕੁੱਕੜ ਵਾਲਾ ਬੈਠੇਗਾ, ਤੋਂ ਅਨਾਊਂਸ ਕਰਾ ਲਓ। ਹੈਲੋ ਸਾਡਾ ਬਹੁਤ ਹੀ ਸਤਿਕਾਰਯੋਗ ਵੀਰ ਸੁੱਖਾ ਗ੍ਰੈਜੂਏਟ ਕਬੱਡੀ ਕਲੱਬ ਦਾ ਮਹਾਨ ਪ੍ਰਮੋਟਰ, ਜਫਰੂ ਕੁੱਕੜ ਫੜ ਗਿਆ, ਇਹਨੂੰ ਪ੍ਰਾਈਜ਼ ਦੇ ਦਿਓ। ਇਹਨੂੰ ਤੇ ਵੈਸੇ ਵੀ ਪ੍ਰਾਈਜ਼ ਬਣਦਾ ਕੱਲ ਦਾ, ਕਲੀ ਤਿੰਨ ਦਿਨ ਤੋਂ ਉਹ ਤੇ ਦੇਣਾ ਹੀ ਆ। ਕੁੱਕੜ ਦਾ ਵੱਖਰਾ ਹੋਊਗਾ, ਕੁੱਕੜ ਦਾ ਵੱਖਰਾ ਜਿਹੜਾ ਦੁਬਾਰਾ ਵੀ ਕਹਿੰਦੇ, ਦੁਬਾਰਾ ਇੱਕ ਵਾਰੀ ਫੇਰ। ਹਾਂਜੀ ਗੱਲ ਨਹੀਂ ਬਣੀ, ਤੀਜਾ ਧਿਆਨ ਜਿਹੜਾ ਸੱਚਾ ਹੁੰਦਾ ਜੀ, ਇੱਕ ਵਾਰੀ ਫੇਰ ਜਿਹੜਾ ਕੁੱਕੜ ਛੱਡਿਆ ਜਾਵੇਗਾ। ਔਰ ਮਾਂ ਖੇਡ ਕਬੱਡੀ ਦੇ ਹੁਣ ਦੇਵੇ ਕੁੱਕੜ ਨੂੰ ਧੋਣ, ਮਾਨਾ ਕਹਿੰਦਾ ਧੋਣ ਲਾ ਦਿਓ ਫੇਰ ਫੜਿਓ, ਹੁਣ ਫੜ ਲਓ, ਹੁਣ ਵੜ ਲਾ, ਆਹ ਵੜ ਲਿਆ ਬੱਲੇ ਯਫਰੂ, ਯਫਰੂ ਖੜਾ ਬਈ ਯਫਰੂ, ਇਹ ਯਫਰੂ ਸਾਡਾ ਕੱਲੀ ਵਾਲਾ ਆਪਣਾ ਕੰਮ ਕਰ ਬੰਦ ਕਰਕੇ ਤਿੰਨ ਦਿਨ ਤੋਂ ਇੱਥੇ ਟੂਰਨਾਮੈਂਟ ਦੀ ਸੇਵਾ ਕਰ ਰਿਹਾ। ਬਹੁਤ ਮੁੰਡਾ ਚੰਗਾ ਨਿੱਕਾ ਹੁੰਦਾ ਹੀ ਇੱਥੇ ਆਇਆ, ਦੁਬਈ ਦੀਆਂ ਸੈਰਾਂ ਵੀ ਕਰਿਆ ਆ, ਹੈ ਪ੍ਰਵਾਸੀ ਪਰ ਰਹਿੰਦਾ ਸਾਡੇ ਨਗਰ ਚੱਕ ਖੁਰਦ। ਦੋਨਾਂ ਹੀ ਟੀਮਾਂ ਨੂੰ ਹੁਣ ਖੇਡ ਮੈਦਾਨ ਦੇ ਵਿੱਚ ਬੁਲਾਈਏ। ਮਾਸਟਰ ਪਰਮਜੀਤ ਸਿੰਘ ਜੀ ਕੈਨੇਡਾ ਵਾਲੇ ਵੱਡਾ ਮਾਣ ਕਰਦੇ ਨੇ ਪੰਜਾਬੀ ਬੋਲਾਂ ਦਾ, ਬਈ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸਵਾਪਾਂ ਜਿਹੜਾ ਇੱਕ ਮਿੰਟ ਦਾ ਜਿਹੜਾ ਮੌਨ ਵਰਤ ਰੱਖਾਂਗੇ। ਗਿਆਨ ਚੰਦ ਜੀ, ਗਿਆਨ ਚੰਦ ਬਿੱਲੂ ਇਸੇ ਨਗਰ ਦਾ ਮਹਾਨ ਖਿਡਾਰੀ ਜਿਹੜਾ ਨਹੀਂ ਰਿਹਾ ਸਾਡੇ ਵਿਚਕਾਰ, ਸੋ ਮੈਚ ਚਾਲੂ ਕਰਾਓ ਬਾਈ, ਬਾਕੀ ਗੱਲਾਂ ਬਾਤਾਂ ਚੱਲਦੀਆਂ ਰਹਿਣਗੀਆਂ, ਮੈਚ ਕਰਾ ਦਿਓ ਮੇਰੇ ਵੀਰੋ। ਆ ਟੀਮਾਂ ਬੁਲਾਓ ਜੀ, ਦੋਨੇ ਟੀਮਾਂ, ਟੀਮਾਂ ਚੱਕ ਖੁਰ ਤੇ ਸੁਰ ਸਿੰਘ ਵਾਲਾ ਫਾਈਨਲ ਮੈਚ। 5 ਮਿੰਟ ਦਿੱਤੇ ਆ ਇਹਨਾਂ ਨੂੰ, ਕਿਉਂਕਿ ਬਹੁਤ ਲੇਟ ਹੋ ਗਿਆ ਕੰਮ, ਨੇੜਾ ਹੋ ਗਿਆ, ਬੀਬੀਆਂ ਨੇ ਜਾ ਕੇ ਰੋਟੀ ਪਾਣੀ ਵੀ ਕਰਨਾ, ਧਾਰਾ ਬੁੱਕੇ ਵੀ ਚੋਣੇ ਆ, ਇਸ ਕਰਕੇ ਮਾਰੋ ਫੁਰਤੀ। ਆਪਾਂ ਮਾਲ ਵਿੱਚ ਨੀ, ਆਪਾਂ ਦੋਨੇ ਵਾਲੇ ਆ, ਰੰਧਾਵਾ ਸਾਹਿਬ ਨਾਲ ਕੰਮ ਨਿਬੇੜ ਦਈਏ। ਹੈਲੋ ਰੰਧਾਵਾ ਸਾਹਿਬ, 5 ਮਿੰਟ ਤੋਂ ਬਾਅਦ 6 ਮਿੰਟ ਨਹੀਂ ਦਿੱਤਾ ਜਾਵੇਗਾ, ਨਹੀਂ ਦਵਾਂਗੇ, ਸਾਡੇ ਫੈਸਲੇ ਅਟਲ ਆ। ਦਵਿੰਦਰ ਸਿੰਘ ਜੀ ਕਾਕੂ, ਸਾਡੇ ਵੀਰ ਕੈਨੇਡਾ ਵਾਲੇ ਕਹਿੰਦੇ ਵੀ ਅੱਜ ਉਸ ਖਿਡਾਰੀ ਨੂੰ ਵੀ ਆਪਾਂ ਯਾਦ ਕਰਦੇ ਆ, ਗਿਆਨ ਚੰਦ ਬਿੱਲੂ, ਤੇ ਜਿੱਥੇ ਜਿੱਥੇ ਆਪਾਂ ਬੈਠੇ ਨੇ ਖੜੇ ਹੋ ਕੇ ਸਿਰਫ 1 ਮਿੰਟ ਦੇ ਲਈ ਬਿਲਕੁਲ ਆਪਾਂ ਮਾਹੌਲ ਜਿਹੜਾ ਸ਼ਾਂਤ ਕਰਨਾ, ਉਹਦੀ ਅਮਨ ਸ਼ਾਂਤੀ ਦੇ ਲਈ ਆਪਾਂ ਜਿਹੜੀ ਮਨ ਦੇ ਵਿੱਚ ਅਰਦਾਸ ਕਰਦੇ ਹਾਂ।